ਲਾਹ ਦੀ ਬਰਕਤ। ਅੱਜ ਮੈਂ ਬਣਾਵਾਂਗੀ ਬੰਗਾਲੀ ਮਿਕਸ ਸਬਜ਼ੀ ਦੀ ਭੁਜੀਆ। ਬੰਗਾਲੀ ਮਿਕਸ ਸਬਜ਼ੀ ਦੀ ਭੁਜੀਆ ਬਣਾਉਣ ਵਾਸਤੇ ਮੈਨੂੰ ਫੁੱਲ ਗੋਭੀ ਅੱਧਾ ਪਾਓ ਚਾਹੀਦੀ ਹੈ, ਸ਼ਿਮਲਾ ਮਿਰਚ, 2 ਗਾਜਰ, ਆਲੂ ਚਾਹੀਦੇ ਨੇ, 1 ਪਿਆਜ਼, 1 ਟਮਾਟਰ, 3 ਸਾਬਤ ਹਰੀਆਂ ਮਿਰਚਾਂ ਪਾਵਾਂਗੀ, 2 ਚਮਚ ਹਰਾ ਧਨੀਆ, 1 ਚਮਚ ਲਸਣ ਦੀ ਪੇਸਟ, 1 ਚਮਚ ਹਰੀ ਮਿਰਚ ਦੀ ਪੇਸਟ ਪਾਵਾਂਗੀ, ਤੇਲ ਪਾਵਾਂਗੀ ਅੱਧੀ, ਮਸਾਲਿਆਂ 'ਚ ਹਲਦੀ ਪਾਵਾਂਗੀ ਅੱਧਾ ਚਮਚ, ਨਮਕ ਪਾਵਾਂਗੀ ਅੱਧਾ ਚਮਚ, ਪੀਸੀ ਮਿਰਚ ਪਾਵਾਂਗੀ 1 ਚਮਚ, ਪੀਸਾ ਧਨੀਆ ਪਾਵਾਂਗੀ 1 ਚਮਚ, ਕਸੂਰੀ ਮੇਥੀ 2 ਚਮਚ ਪਾਵਾਂਗੀ। ਚਲੋ ਫਿਰ ਬਣਾ, ਪਤੀਲੀ ਮੈਂ ਅੱਗੂ ਤੇ ਰੱਖਤੀ, ਹੁਣ ਮੈਂ ਪਾ ਦਾਂਗੀ ਤੇਲ, ਬਿਸਮਿਲਲਾ ਪਾ ਦਾਂਗੀ, ਪਿਆਜ਼ ਥੋੜ੍ਹਾ ਗੁਲਾਬੀ ਹੋ ਗਿਆ, ਹੁਣ ਲਸਣ ਦੀ ਪੇਸਟ ਪਾ ਦਾਂਗੀ, ਬਿਸਮਿਲਲਾ ਦੀ ਖੁਸ਼ਬੂ ਆ ਗਈ, ਹੁਣ ਟਮਾਟਰ ਪਾ ਦਾਂਗੀ, ਇਸੀ ਹਰੀ ਮਿਰਚ ਪਾ ਦਾਂਗੀ 1 ਚਮਚ, ਸੁੱਕੇ ਮਸਾਲੇ ਪਾ ਦਾਂਗੀ 1 ਚਮਚ, ਪਾਣੀ ਪਾਵਾਂਗੀ ਮਸਾਲਾ ਨਾ ਖੜ, ਮਸਾਲਾ ਭੁੱਜ ਗਿਆ, ਹੁਣ ਆਲੂ ਪਾ ਦਾਂਗੀ, ਆਲੂ ਮਸਾਲੇ 'ਚ ਭੁੱਜ ਗਏ, ਹੁਣ ਗੋਭੀ ਅਤੇ ਗਾਜਰ ਪਾ ਦਾਂਗੀ, ਬਿਸਮਿਲਲਾ, ਸਬਜ਼ੀਆਂ ਮਸਾਲੇ 'ਚ ਭੁੱਜ ਗਈਆਂ ਨੇ, ਹੁਣ ਹਰਾ ਧਨੀਆ ਅਤੇ ਹਰੀਆਂ ਮਿਰਚਾਂ ਪਾ ਦਾਂਗੀ, ਸ਼ਿਮਲਾ ਮਿਰਚ ਪਾ ਦਾਂਗੀ ਹੁਣ, ਸ਼ਿਮਲਾ ਮਿਰਚ ਵੀ ਮਸਾਲੇ ਨਾਲ ਭੁੱਜ ਗਈ, ਹੁਣ 1 ਪਿਆਲੀ ਪਾਣੀ ਪਾ ਦਾਂਗੀ, ਸਬਜ਼ੀਆਂ ਦੇ ਪਾਣੀ ਨੂੰ ਉਬਾਲ ਆ ਗਿਆ, ਹੁਣ ਮੈਂ 20 ਮਿੰਟ ਅਸੀਂ ਇਹਨੂੰ ਦਮ 'ਚ ਰੱਖ ਦਾਂਗੀ, ਬਿਸਮਿਲਲਾ, ਬੰਗਾਲੀ ਮਿਕਸ ਸਬਜ਼ੀ ਦੀ ਭੁਜੀਆ ਤਿਆਰ ਹੋ ਗਈ, ਹੁਣ ਮੈਂ ਪਾ ਦਾਂਗੀ ਕਸੂਰੀ ਮੇਥੀ, ਬਿਸਮਿਲਲਾ, ਅਤੇ ਤੁਹਾਨੂੰ ਡਿਸ਼ ਆਊਟ ਕਰਕੇ ਦਿਖਾਵਾਂਗੀ, ਬੇਟਾ ਜੀ ਬੰਗਾਲੀ ਮਿਕਸ ਸਬਜ਼ੀ ਦੀ ਭੁਜੀਆ ਮੈਂ ਡਿਸ਼ ਆਊਟ ਕਰਤੀ, ਤੁਸੀਂ ਵੀ ਇਸ ਤਰ੍ਹਾਂ ਬਣਾਉਣਾ, ਦੁਆਵਾਂ 'ਚ ਯਾਦ ਰੱਖਣਾ, ਅੱਲਾ